ਹਾਂਜੀ ਸਾਸਰੀ ਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਹਰ ਪ੍ਰਿਤਵੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਦੋਸਤੋ ਆਰਮੀ ਵਿੱਚ ਜੋ ਸਟਾਫ ਨਰਸਿੰਗ ਦੀ ਭਰਤੀ ਆਊਟ ਕਰ ਦਿੱਤੀ ਗਈ ਹੈ ਕੁਆਲਿਫੀਕੇਸ਼ਨ ਦੀ ਗੱਲ ਕਰੀ ਤਾਂ 12ਵੀਂ ਜੀਐਨਐਮ ਤੁਸੀਂ ਕੀਤੀ ਹੋਣੀ ਤਾਂ ਅਪਲਾਈ ਕਰ ਸਕਦੇ ਹੋ ਬਾਕੀ ਕੀ ਐਲੀਜੀਬਲਟੀ ਕਰੀਆ ਕੀ ਫੁੱਲ ਕੁਆਲਿਫੀਕੇਸ਼ਨ ਹੈ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦਵਾਂਗਾ ਤੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਤੇ ਅਪਲਾਈ ਤੁਸੀਂ ਕਰਨਾ ਜੇ ਆਨਲਾਈਨ ਅਪਲਾਈ ਕਰਨਾ ਤੇ ਅਪਲਾਈ ਸਟਾਰਟ ਹੋ ਗਏ ਨੇ ਤੇ ਲਾਸਟ ਡੇਟ 15 ਸਤੰਬਰ 2025 ਤਾਂ ਇਸ ਤੋਂ ਪਹਿਲਾਂ-ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਜੋ ਵੀ ਐਲੀਜੀਬਲ ਕੈਂਡੀਡੇਟ ਅਗੇ ਨੇ ਤੇ ਕੁੜੀਆਂ ਲਈ ਪੋਸਟ ਦੀ ਸਨੈਰੀ ਮੌਕਾ ਹੈ ਠੀਕ ਹੈ ਜੋ ਆਰਮੀ ਵਿੱਚ ਸਟਾਫ ਨਰਸ ਦੀ ਭਰਤੀ ਆਊਟ ਕੀਤੀ ਗਈ ਆਈਟੀ ਬੀਪੀ ਨਾ ਵੱਲੋਂ ਜੋ ਭਰਤੀ ਆਊਟ ਕਰ ਦਿੱਤੀ ਗਈ ਡਿਪਾਰਟਮੈਂਟ ਵਿੱਚ ਤਾਂ ਬਹੁਤ ਹੀ ਵਧੀਆ ਤੁਹਾਡੇ ਕੋਲ ਮੌਕਾ ਜੋ ਵੀ ਕੈਂਡੀਡੇਟ ਐਲੀਜੀਬਲ ਅਪਲਾਈ ਕਰਨਾ ਚਾਹ ਤਾਂ ਕਿ ਸਾਰੀ ਜਾਣਕਾਰੀ ਫੁੱਲ ਡਿਟੇਲ ਨਾਲ ਇਸ ਵੀਡੀਓ ਵਿੱਚ ਦਵਾਂਗਾ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿੱਪ ਨਹੀਂ ਕਰਨਾ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਤਾਂ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਰਿਕਵੈਸਟ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਆਪਾਂ ਜੋ ਪੋਸਟਾਂ ਦੀ ਗੱਲ ਕਰੀ ਤਾਂ ਪੋਸਟਾਂ ਇਸ ਵਿੱਚ ਟੋਟਲ ਆਊਟ ਕੀਤੀਆਂ ਗਈਆਂ ਨੇ 18 ਜਰਨਲ ਦੀਆਂ 11 ਐਸਸੀ ਦੀ ਇੱਕ ਐਸਟੀ ਦੀਆਂ ਦੋ OBC ਦੀਆਂ ਤੋਂ EWS ਦੀਆਂ ਦੋ ਇਹ ਜੋ ਭਰਤੀ ਆਊਟ ਕੀਤੀ ਗਈ ਆਈਟੀਬੀਪੀ ਇਹਨਾਂ ਵੱਲੋਂ ਆਊਟ ਕੀਤੀ ਗਈ ਹੈ ਇੰਡੋ ਤਿੱਬਤਨ ਬਾਰਡਰ ਪੁਲਿਸ ਫੋਰਸ ਇਹਨਾਂ ਵੱਲੋਂ ਆਊਟ ਕਰ ਦਿੱਤੀ ਗਈ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਸਬ ਇੰਸਪੈਕਟਰ ਜੋ ਸਟਾਫ ਨਰਸ ਦੀ ਪੋਸਟ ਆਊਟ ਕਰ ਦਿੱਤੀ ਗਈ ਹੈ ਤੇ ਸੈਲਰੀ ਇਸ ਵਿੱਚ ਤੁਹਾਡੀ ਰਹੇਗੀ 35400 ਤੋਂ ਲੈ ਕੇ 1 ਲੱਖ 12400 ਰੁਪਿਆ ਪ੍ਰਤੀ ਮਹੀਨਾ ਤੁਹਾਡੀ ਤਨਖਾਹ ਰਹੇਗੀ ਤੇ ਬਹੁਤ ਹੀ ਵਧੀਆ ਤੁਹਾਡੀ ਸੈਲਰੀ ਰਹੇਗੀ ਇਸ ਵਿੱਚ ਤੇ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ 200 ਰੁਪਏ ਰੱਖੀ ਗਈ ਹੈ ਬਾਕੀ ਜੋ ਕੈਟਾਗਰੀ ਹੈਗੇ ਜੋ ਫੀਮੇਲ ਆਲ ਕੈਂਡੀਡੇਟ ਹੈਗੇ ਨਾ ਐਕ ਸਰਵਿਸਮੈਨ ਹੋਗੇ ਜੋ ਐਸ்சி ਐਸਟੀ ਨਾ ਵਾਸਤੇ ਕੋਈ ਫੀਸ ਨਹੀਂ ਬਾਕੀ ਜੋ ਅਦਰ ਕੈਟਾਗਰੀ ਉਹਨਾਂ ਵਾਸਤੇ 200 ਰੁਪਏ ਫੀਸ ਰੱਖੀ ਗਈ ਹੈ ਤੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਪਲੱਸ 2 ਤੁਸੀਂ ਕੀਤੀ ਹੈ ਤੇ ਨਾਲ ਤੁਹਾਡੇ ਕੋਲ ਜੋ ਤੁਸੀਂ ਜੀਐਨਐਮ ਕੀਤੀ ਹੋਣੀ ਚਾਹੀਦੀ ਹੈ ਤੇ ਰਜਿਸਟਰ ਹੋਣੀ ਚਾਹੀਦੀ ਹੈ ਤੁਸੀਂ ਸੈਂਟਰ ਨਰਸਿੰਗ ਕਾਉਂਸਲਿੰਗ ਜਾਂ ਸਟੇਟ ਨਰਸਿੰਗ ਕਾਉਂਸਲਿੰਗ ਠੀਕ ਹੈ ਇਹ ਤੁਹਾਡੇ ਕੋਲ ਕੁਆਲੀਫਿਕੇਸ਼ਨ ਰੱਖੇਗੀ ਤੇ ਇਹ ਰੱਖੇਗੀ 21 ਤੋਂ 30 ਸਾਲ ਬਾਕੀ ਜੋ ਵੀ ਰਿਜ਼ਰਵਡ ਕੈਟਾਗਰੀ ਜੋ ਵੀ ਰਿਲੈਕਸਨ ਦਿੱਤਾ ਇਹਨਾਂ ਜੋ ਵੀ ਗਵਰਨਰ ਰੂਲਸ ਨੇ ਉਹਨਾਂ ਅਨੁਸਾਰ ਦਿੱਤਾ ਜਾਵੇਗਾ ਤੇ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਅਪਲਾਈ ਕਰਨਾ ਇਹਨਾਂ ਨੇ ਵੈਬਸਾਈਟ ਮੈਂਸ਼ਨ ਕੀਤੀ ਹੈ recruitment.itb ਪੁਲਿਸ.nic. ਇਸ ਤੇ ਵਿਜ਼ਿਟ ਕਰਕੇ ਤਾਂ ਅਪਲਾਈ ਕਰ ਸਕਦੇ ਹੋ ਤੁਸੀਂ ਤੁਸੀਂ ਇਸ ਨੂੰ ਅਪਲਾਈ ਕਰਨਾ ਜੇ ਆਨਲਾਈਨ ਅਪਲਾਈ ਕਰਨਾ ਹੈ ਤੇ ਆਨਲਾਈਨ ਅਪਲਾਈ ਹੋ ਗਈ ਨੇ ਸਟਾਰਟ 17 ਅਗਸਤ ਤੋਂ ਤੇ ਲਾਸਟ ਡੇਟ ਹੈਗੀ ਏ 15 ਸਤੰਬਰ 2022 ਤੇ ਇਸ ਤੋਂ ਪਹਿਲ ਪਹਿਲ ਤੁਸੀਂ ਅਪਲਾਈ ਕਰ ਲੈਣਾ ਜੋ ਵੀ ਐਲੀਜੀਬਲ ਕੈਂਡੀਡੇਟ ਹੈਗੇ ਨੇ ਬਾਕੀ ਇੰਟਰੈਕਸ਼ਨ ਵਗੈਰਾ ਥੱਲੇ ਦਿੱਤੀਆਂ ਨੇ ਇਸ ਨੂੰ ਜਰੂਰ ਪੜ੍ਹ ਲੈਣਾ ਅਪਲਾਈ ਕਰਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਹੀ ਅਪਲਾਈ ਕਰਨਾ ਤੇ ਬਾਕੀ ਤਾਂ ਇਹ ਅਪਡੇਟ ਸੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਜੇਕਰ ਤੁਹਾਡੇ ਮਨ ਚ ਕੋਈ ਵੀ ਡਾਊਟ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ